ਸਾਰਿਆਂ ਨੇ ਤੁਹਾਨੂੰ ਆਲਰੇਡੀ ਸਾਰਿਆਂ ਨੂੰ ਦੱਸ ਚੁੱਕੇ ਆ ਕਿ ਸਾਰਿਆਂ ਦੇ ਦਿਲਾਂ 'ਚ ਸਾਰੇ ਬੱਚੇ ਉਹ ਖੁਦ ਇੱਕ ਸੋਲਜਰ ਹੈ ਸੋਲਜਰ ਰਹੇ ਹੈ ਅਤੇ ਮੈਂ ਬਾਰਡਰ 'ਚ ਜ਼ਰੂਰ ਸੰਤੂਰੀ ਜੀ ਦਾ ਮੈਂ ਰੋਲ ਨਿਭਾਇਆ ਲੇਕਿਨ ਅਸਲ 'ਚ ਜੋ ਉਹਨਾਂ ਨੇ ਕੀਤਾ ਉਹ ਤਾਂ ਮੈਂ ਨਹੀਂ ਕਰ ਸਕਦਾ ਲੇਕਿਨ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਦਾ ਰੂਹ ਉਹਦੇ ਵਿੱਚ ਪਾ ਸਕਾਂ ਜਿਹੜਾ ਜਦ ਵੀ ਮੈਂ ਜਾਂਦਾ ਕਿੱਥੇ ਵੀ ਜਿੱਥੇ ਵੀ ਆਰਮੀ ਵਾਲਿਆਂ ਨੂੰ ਜਿੱਥੇ ਵੀ ਮਿਲਦਾ ਉਹ ਕਹਿੰਦੇ ਆ ਬਈ ਤੂੰ ਜੋ ਉਹਦੇ 'ਚੋਂ ਕੀਤਾ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੇ 'ਚ ਵੀ ਉਹ ਜੋਸ਼ ਆਵੇ ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਜੋਸ਼ ਮੇਰਾ ਨਹੀਂ ਉਹ ਤੁਹਾਡਾ ਜੋਸ਼ ਬਸ ਮੈਂ ਇਹੀ ਚਾਹਵਾਂਗਾ ਕਿ ਮੈਂ ਇੱਥੇ ਆਇਆ ਤੁਹਾਡੇ ਕੋਲ ਅਤੇ ਇੱਥੇ ਆਵਾਂ ਇੱਥੇ ਮੈਂ ਜਿੱਤ ਕੇ ਆਵਾਂ ਤੁਹਾਡੇ ਵਿੱਚ ਆਪਣੇ ਪੂਰੇ ਪਰਿਵਾਰ ਨਾਲ ਜੁੜਾਂ ਅਤੇ ਇੱਥੇ ਆ ਕੇ ਮੈਂ ਉਹ ਸਭ ਕੁਝ ਕਰਾਂ ਜੋ ਸਾਰਿਆਂ ਦੀ ਜ਼ਰੂਰਤਾਂ ਹੈ ਮੈਂ ਸਾਰੀਆਂ ਪੂਰੀ ਕਰਾਂ ਇਹ ਨਹੀਂ ਕਿ ਮੈਂ ਐਵੇਂ ਬੋਲ ਰਿਹਾ ਕਿਉਂਕਿ ਮੈਂ ਦਿਲੋਂ ਚਾਹੁੰਦਾ ਮੈਂ ਦਿਲੋਂ ਚਾਹੁੰਦਾ ਕਿ ਹਰ ਬੰਦਾ ਸੁਖੀ ਹੋਵੇ ਹਰ ਬੰਦੇ ਦੇ ਚਿਹਰੇ 'ਤੇ ਮੁਸਕਰਾਹਟ ਹੋਵੇ ਕਿਉਂਕਿ ਮੁਸਕਰਾਹਟ ਦੇਖ ਕੇ ਮੈਨੂੰ ਜੋ ਖੁਸ਼ੀ ਮਿਲਦੀ ਹੈ ਉਹ ਮੈਨੂੰ ਹੋਰ ਕਿੱਥੇ ਨਹੀਂ ਮਿਲਦੀ ਜਦ ਵੀ ਕਦੀ ਵੀ ਕੁਛ ਕੀਤਾ ਹੈ ਤਾਂ ਮੈਂ ਉਹਦੇ ਲਈ ਕੀਤਾ ਹੈ ਤਾਂ ਕਿ ਦੂਜੇ ਬੰਦੇ ਨੂੰ ਸੁੱਖ ਮਿਲੇ ਉਹ ਖੁਸ਼ ਹੋਵੇ ਬਸ ਹੁਣ ਮੈਂ ਹੀ ਕਹਾਂਗਾ ਹਿੰਦੁਸਤਾਨ ਜ਼ਿੰਦਾਬਾਦ ਹਿੰਦੁਸਤਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਯਹੀ ਕਹਿਣਾ ਚਾਹੂੰਗਾ ਜੈ ਹਿੰਦ ਜੈ ਹਿੰਦ ਭਾਈ ਨੋ ਕੋ ਕੀ ਸਹਿਰਾ ਭਾਈ ਕੀ ਕਰ ਰਹੇ ਹੋ ਕਹਿਣਾ ਬੜਾ ਮੁਸ਼ਕਿਲ ਹੈ ਬਸ ਇਹੀ ਕਹਿਣਾ ਚਾਹੂੰਗਾ ਕਿ ਮੈਂ ਯਹਾਂ ਆਇਆ ਹੂੰ ਜੁੜਾ ਹੂੰ ਫੌਜੀਓ ਕੇ ਬੀਚ ਮੈਂ ਹੂੰ ਉਨਕੇ ਫੈਮਿਲੀ ਕੇ ਸਾਥ ਹੂੰ ਯਹਾਂ ਪਰ ਰਾਈਟ ਮੈਂ ਯਹਾਂ ਆਇਆ ਹੂੰ ਔਰ ਮੁਝੇ ਯਹਾਂ ਪਰ ਇਤਨੀ ਸਾਰੀ ਚੀਜ਼ੇ ਬੋਲਤੇ ਹੋਏ ਮੁਝੇ ਕਿਉਂਕਿ ਇਨਕੇ ਬੀਚ ਮੈਂ ਆ ਕਰ ਮੁਝੇ ਇਤਨਾ ਦੁੱਖ ਹੋ ਰਹਾ ਹੈ ਯਹਾਂ ਆ ਕਰ ਔਰ ਮੈਂ ਇਨਕੇ ਸਾਥ ਮਿਲ ਕਰ ਮੁਝੇ ਇੱਕ ਸ਼ਕਤੀ ਮਿਲ ਰਹੀ ਹੈ ਮਿਲ ਰਿਹਾ ਕਿ ਜੈਸੇ ਕਿ ਮੈਂ ਉਨਸੇ ਮੁਝੇ ਐਸਾ ਲੱਗ ਰਿਹਾ ਕਿ ਜੈਸੇ ਮੈਂ ਉਨਕਾ ਹੀ ਇੱਕ ਬੇਟਾ ਹੂੰ ਔਰ ਮੈਂ ਚਾਹੂੰਗਾ ਕਿ ਇੱਕ ਬੇਟਾ ਹੋਣੇ ਕੇ ਨਾਏ ਮੈਂ ਆਪਣੇ ਦੇਸ਼ ਕੇ ਲਈ ਕੁਛ ਅੱਛਾ ਕਰੂੰ ਔਰ ਇਸ ਲਈ ਮੈਂ ਯਹਾਂ ਇਲੈਕਸ਼ਨ ਲੜਨੇ ਆਇਆ ਹੂੰ ਤਾਂ ਕਿ ਮੈਂ ਜੀਤੂੰ ਔਰ ਮੈਂ ਸੇਵਾ ਕਰੂੰ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਓਏ ਬੇਵਕੂਫ